ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਅਗੇਨ ਔਨ ਬਾਸੀ ਵਲੋਗਸ। ਹੋਪ ਤੁਸੀਂ ਸਾਰੇ ਘੈਂਟ ਹੋਵੋਗੇ, ਆਪਣੇ ਘਰਾਂ ਠੀਕ ਠਾਕ ਹੋਵੋਗੇ ਅਤੇ ਗਰਮੀ ਤੋਂ ਬਚੇ ਹੋਵੋਗੇ, ਕਿਉਂਕਿ ਗਰਮੀ ਦਾ ਬਹੁਤ ਬੁਰਾ ਮੈਂ ਕਹਿੰਦੀ ਹਾਂ ਇਸ ਵਾਰ ਹਾਲ ਆ। ਦੇਖੋ ਹੁਣ ਵੀ ਨਾ ਬਾਹਰੇ ਹਵਾ ਜੀ ਚੱਲ ਰਹੀ ਹੈ ਬਹੁਤ ਤੇਜ਼, ਰੋਜ਼ ਹਨੇਰੀ ਤੂਫਾਨ ਜਿਹਾ ਹਲਕਾ ਫੁਲਕਾ ਜਿਹਾ ਆ ਤਾਂ ਜਾਂਦਾ ਹੈ, ਪਰ ਨਾ ਜਿਹੜੀ ਗਰਮੀ ਹੈ ਨਾ ਬਹੁਤ ਜ਼ਿਆਦਾ। ਅੱਜ ਨਾ ਅਸੀਂ ਸਕੂਲ ਤੋਂ ਸਕੂਟੀ 'ਤੇ ਆ ਗਏ ਮੈਂ ਮੈਡਮ ਦੇ ਨਾਲ, ਅਤੇ ਉਹ ਜਿਹੜੀ ਹਵਾ ਪਈ ਆ ਹੁਣ ਵੀ ਧੁੱਪੇ ਨਿਕਲਦੇ ਨਾ ਮੈਂ ਕਹਿੰਦੀ ਹਾਂ ਕਿ ਬੁਰਾ ਹਾਲ ਹੋ ਜਾਂਦਾ, ਐਂ ਲੱਗਦਾ ਜਿਵੇਂ ਨਾ ਅੱਗ ਲੱਗ ਜਾਂਦੀ ਹੁੰਦੀ ਹੈ ਮੂੰਹ ਅਤੇ ਪੈਰ, ਇੰਨੇ ਮੱਚ ਗਏ ਨੇ ਸੱਚੀ। ਹੁਣ ਤਾਂ ਨਾ ਗਵਰਨਮੈਂਟ ਨੂੰ ਚਾਹੀਦਾ ਬਸ ਸਕੂਲ 'ਤੇ ਨਾ ਛੁੱਟੀਆਂ ਜਲਦੀ ਕਰ ਦੇਣ, ਬਹੁਤ ਬੁਰਾ ਹਾਲ ਹੈ, ਬੜੀ ਮੁਸ਼ਕਲ ਦੇ ਨਾਲ ਬੱਚੇ ਵਿਚਾਰੇ ਸੱਚੀ ਸਕੂਲ ਦੇ ਅੰਦਰ ਤਾਂ ਚਲੋ ਸਹੀ ਰਹਿੰਦਾ ਹੈ, ਏ ਸੀ ਵਗੈਰਾ ਲੱਗੇ ਹੁੰਦੇ ਨੇ, ਬਟ ਹਾਲ ਲੱਗਿਆ ਬੜੀ ਮੁਸ਼ਕਲ ਹੁੰਦੀ ਹੈ ਯਾਰ ਸੱਚੀ, ਬੜੀ ਗਰਮੀ ਹੋਈ ਪਈ ਹੈ। ਮੈਂ ਵੇਟ ਕਰ ਰਹੀ ਹਾਂ ਫਤਿਹ ਹੋਣਾ ਦੀ, ਫਤਿਹ ਹੋਈ ਬਸ ਆਉਣ ਵਾਲੇ ਨੇ। ਅਤੇ ਆਹ ਮੈਂ ਨਾ ਹੁਣ ਦੇਖਿਆ ਵੀ ਆਹ ਜਿਹੜੀ ਮੈਂ ਚੁੰਨੀ ਲਈ ਹੈ ਤਾਂ ਮਤਲਬ ਜਿਹੜੇ ਵਿੱਚ ਕਲਰ ਨੇ ਨਾ ਮੇਰੇ ਸੂਟ ਦੇ ਨਾਲ ਬੜੀ ਸੋਹਣੀ ਕਢਾਈ ਦੇ ਨਾਲ ਦੇਖੋ ਮੈਚ ਕਰ ਗਈ। ਮੇਰਾ ਹੁਣ ਹੀ ਅਚਾਨਕ ਧਿਆਨ ਗਿਆ, ਮੈਂ ਕਿਹਾ ਲੈ ਇਹ ਤਾਂ ਇਹ ਸੂਟ ਨਾਲ ਵੀ ਚੁੰਨੀ ਚੱਲ ਜਾਣੀ ਆ। ਅਸੀਂ ਇੱਕ ਚੁੰਨੀ ਦੇ ਨਾਲ ਹੀ ਪਤਾ ਨਹੀਂ ਕਿੰਨੇ ਕੁ ਸੇਮ ਸੂਟ ਇੱਦਾਂ ਦੀ ਬਣਵਾ ਲਏ ਨੇ ਸਾਰੀਆਂ ਸ਼ਰਟਾਂ, ਅਮਨ ਨੇ ਵੀ ਮੈਂ ਵੀ। ਵੈਸੇ ਤੁਹਾਨੂੰ ਮੰਮਾ ਨਾਲ ਪਿਆਰ ਨਹੀਂ, ਜਦੋਂ ਮੰਮਾ ਨੇ ਕਿਹਾ ਸਰਪ੍ਰਾਈਜ਼ ਹੈ। ਇੱਧਰ ਸਤਿ ਸ਼੍ਰੀ ਅਕਾਲ ਜੀ, ਨੀਂਦ ਆ ਰਹੀ ਹੈ? ਅਤੇ ਜਦੋਂ ਮੰਮਾ ਨੇ ਕਿਹਾ ਤਾਂ ਵੈਸੇ ਸਰਪ੍ਰਾਈਜ਼ ਹੈ, ਨਾਲ ਦੀ ਨਾਲ ਉੱਥੇ ਸਟੋਪ। ਚਲੋ ਆਪਣੇ ਰੂਮ 'ਚ ਚਲੋ, ਇੱਧਰ ਗੱਲਾਂ ਮਾਰਦੇ ਜਾਣਾ, ਨਾਲ ਫਿਰ ਸਰਪ੍ਰਾਈਜ਼ ਮਿਲੂਗਾ। ਗੈਸ ਕਰੋ ਕੀ ਹੋ ਸਕਦਾ ਹੈ? ਹੈ ਨਹੀਂ ਖੇਲਣ ਵਾਲੀ ਨਹੀਂ ਹੈਗੀ, ਤੁਹਾਡੇ ਸਕੂਲ ਦੇ ਨਾਲ ਰਿਲੇਟਡ ਹੈ। ਹਾਂ ਓਪਨ ਕਰੋ। ਯੈਸ, ਮੇਰੇ ਬੁੱਢੀ ਕੋਲ ਹੈ ਨਹੀਂ ਸੀ ਨਾ, ਤੁਸੀਂ ਗੁੰਮ ਕਰਤੀ ਸੀ। ਦੇਖੋ ਓਪਨ ਕਰਕੇ, ਹੋਰ ਵੀ ਦੇਖੋ ਚੈੱਕ ਕਰੋ। ਅੱਛਾ ਰਾਤੀ ਕੀ ਕਹਿੰਦੇ ਸੀ? ਮੰਮਾ ਮੰਮਾ ਹੱਗੀ ਕਰਿਓ ਘੁੱਟ ਕੇ, ਮੰਮਾ ਮੈਨੂੰ ਠੰਡ ਲੱਗ ਰਹੀ ਹੈ। ਚਲੋ ਆ ਜਾਓ, ਰੱਖ ਦੋ ਸ਼ਾਮ ਕੇ ਰੱਖ ਦੋ। ਅਮਨ ਮੰਮਾ ਨੂੰ ਦਿਖਾ ਦਿਓ, ਨਾ ਅਮਨ ਮੰਮਾ ਨੂੰ ਤਾਂ ਪਤਾ ਹੀ ਨਹੀਂ। ਹਾਂਜੀ, ਇਹ ਮੰਮਾ ਲੈ ਕੇ ਆਏ ਬਹੁਤ ਗਰਮੀ ਹੈ ਨਾ। ਪ੍ਰਨੀਤ ਕਹਿੰਦਾ ਮੈਨੂੰ ਨੀਂਦ ਆ ਰਹੀ ਹੈ। ਪ੍ਰਨੀਤ ਨੀਂਦ ਆ ਰਹੀ ਹੈ ਤੁਹਾਨੂੰ? ਕਿੱਧਰ? ਬੜਾ ਖਰਾਬ ਹੈ। ਫਤਿਹ ਹੈਪੀ, ਅੱਛਾ ਫਿਰ ਮੇਰੀ ਗੱਲ ਸੁਣੋ ਹੁਣ, ਅਮਨ ਘੱਟ ਕਰੀ ਫਤਿਹ, ਸਾਰੀਆਂ ਗੁੰਮ ਨਹੀਂ ਕਰਨੀਆਂ, ਠੀਕ ਹੈ? ਉਸ 'ਤੇ ਵੀਰਾ ਯੂਜ਼ ਕਰ ਲਿਓ,
ਇਹ ਨਾ ਹੋਏ ਸਾਰਾ ਬਾਕਸ ਓਪਨ ਕਰਕੇ ਕੋਈ ਗੱਲ ਨੀ, ਫਿਰ ਕੀ ਹੋ ਗਿਆ, ਸ਼ੇਅਰ ਕਰ ਲਏ ਦੋਨੇ ਜਾਣੇ। ਟਾਈਮ ਨਾਲ ਫਿਰ ਜਮਨ ਛੇਤੀ ਆ ਗਏ ਵਾਪਸ, ਫਿਰ ਉਹਨਾਂ ਕਹਿਣਾ ਲੈ ਭੱਜ ਵੀ ਲਏ ਛੇਤੀ, ਬਸ ਹੁਣੇ ਚੱਲਦੇ ਆ ਠੀਕ ਹੈ। ਹਾਂ ਕੋਈ ਨੀ, ਰਾਤ ਤੱਕ ਰੁਕ ਜਾ ਠੀਕ ਹੈ। ਜਿੱਦਾਂ ਐਗਜ਼ੀਬਿਸ਼ਨ ਲੱਗ ਰਹੀ ਬੁਟੀਕਸ ਦੀ ਤੇ ਤੂੰ ਨਹੀਂ ਲਾ ਸਕਦੀ? ਆਪਾਂ ਲਾ ਸਕਦੇ ਹਾਂ ਐਗਜ਼ੀਬਿਸ਼ਨ, ਆਪਾਂ ਨੂੰ ਸਟਾਕ ਰੈਡੀ ਕਰਨਾ ਪਊਗਾ ਨਾ। ਨਹੀਂ ਆਪਣਾ ਜਿੱਦਾਂ ਸਟਾਕ ਪ੍ਰਿਪੇਅਰ ਵੀ ਹੈਗਾ ਏ, ਆਪਾਂ ਉਹ ਵੀ ਰੱਖ ਸਕਦੇ ਐਗਜ਼ੀਬਿਸ਼ਨ 'ਚ। ਇਹ ਥੋੜੇ ਹੈ ਨਾ ਗਾਣਾ ਐਗਜ਼ੀਬਿਸ਼ਨਾਂ 'ਚ, ਕੀਤਾ ਕਿੰਨੇ ਜਾਣੇ ਆਏ ਨੇ। ਨਹੀਂ ਫਿਰ ਐਗਜ਼ੀਬਿਸ਼ਨਾਂ 'ਚ ਨਾਲ ਕਾਟਨ ਦੇ ਵੀ ਡਿਜ਼ਾਈਨ ਕਰਵਾ ਕੇ ਰੱਖਾਂਦੇ ਨੇ, ਕਾਟਨ ਦੇ ਵੀ ਜਿਵੇਂ ਆਪਾਂ ਪੈਚ ਵਰਕ ਲਗਾ ਕੇ। ਤੇ ਮੇਰੀ ਸਲਾਹ ਦੇ ਲੈ ਨੈਕਸਟ ਵੀ ਇਸ ਵਾਰ ਜਿਹੜਾ ਰਾਇਲ ਸਪਾਈਸ 'ਚ ਪੂਰੀ ਖੁਸ਼ੀ ਚੜਨ ਦੀ। ਟੋਪਿਕ ਕੋਈ ਹੋਰ ਚੱਲਣ ਦਿਆ ਸੀ, ਭਾਜੀ ਨੇ ਹੋਰ ਟੋਪਿਕ ਛੇੜਤਾ ਕੋਈ ਆ ਕੇ। ਕੀ ਹੋਇਆ ਤੈਨੂੰ, ਕੀ ਹੋ ਰਿਹਾ ਹੈਂ? ਨਹੀਂ ਪੀਲੋ ਤੁਸੀਂ, ਮੈਨੂੰ ਵੀ ਦੇ ਦੋ ਘੁੱਟ ਹੈਂ। ਭਾਈ ਕਿੱਡਾ ਖਰਾਬ ਹੈ ਸਾਰਾ, ਕੋਈ ਗੱਲ ਨਹੀਂ ਤੈਨੂੰ ਦਊਂ ਸਰਪ੍ਰਾਈਜ਼। ਹੁਣ ਅੱਜ ਮੈਂ ਮੋਨੀਟਰ ਬਣਿਆ ਸੀ, ਮੋਨੀਟਰ। ਹਾਂ ਤੁਸੀਂ ਹੋ ਕਲਾਸ ਦੇ ਮੋਨੀਟਰ? ਹਾਂਜੀ। ਵੈਰੀ ਗੁੱਡ। ਨਹੀਂ ਤੂੰ ਵੀ ਮੋਨੀਟਰ, ਤੈਨੂੰ ਨਹੀਂ ਮੋਨੀਟਰ, ਸ਼ੈਤਾਨ ਬੱਚਾ। ਰੋਲ ਨੰਬਰ ਵਾਈਜ਼ ਹੁੰਦਾ ਨਾ। ਅੱਛਾ ਮਤਲਬ ਉਹ ਕਰਦੇ ਨੇ ਹੈ, ਰੋਟੇਸ਼ਨ ਹੁੰਦੀ ਹੈ ਹੈ। ਰਾਜਵੰਤ ਦੀਦੀ ਕਹਿ ਰਹੇ ਅਮਨ ਦੀਦੀ ਨੂੰ ਪਤਲੀ ਕਰ ਦੋ। ਅੱਛਾ ਜੀ, ਰਾਤ ਨੂੰ ਜਿਵੇਂ ਲੇਟ ਖਾਧਾ। ਮਿੱਠਾ ਨਾ ਖਾਇਆ ਕਰ, ਮਿੱਠਾ ਬੰਦ ਕਰ ਦੇ, ਏਦਾਂ ਫਰਕ ਤੇ ਉਹਦੇ ਨਾਲ ਹੀ ਪੈ ਜਾਣਾ। ਚਲੋ ਜੀ ਅਸੀਂ ਚੱਲੇ ਹਾਂ ਸੰਗਰੂਰ, ਮਿਲ ਕੇ ਆਉਂਦੇ ਹਾਂ ਮੰਮੀ ਨੂੰ। ਹਾਂ ਕੀ ਕਰ ਰਹੀ? ਫਤਿਹ ਆ ਜਾ ਪੁੱਤ, ਫਤਿਹ ਨੂੰ ਹੋਰ ਪਾਵਾਂ ਆਹੀ ਟੀ ਸ਼ਰਟ ਪਾ ਦੇਣੀ ਹੈ ਨਾ। ਫਤਿਹ ਨੂੰ ਕਿਹਾ ਕਿ ਫਟਾਫਟ ਕੱਪੜੇ ਚੇਂਜ ਕਰੋ, ਜਾਣਾ ਹੈ ਕਿੱਥੇ? ਨਾਨੀ ਨੂੰ ਮਿਲਣ ਪੁਰਤਗਾਲ। ਹਾਂ ਪੁਰਤਗਾਲ ਵੀ ਚੱਲਾਂਗੇ ਪੁੱਤ, ਆਰੇ ਮਰ ਛੱਡੋ ਇੱਥੇ ਲਾਓ ਸ਼ਾਇਦ। ਓਕੇ ਆ ਮੇਰਾ ਛਿਆਣਾ ਪੁੱਤ। ਮੈਨੂੰ ਨਾ ਉੱਥੇ ਯਾਦ ਆਇਆ, ਮੈਂ ਕਿਹਾ ਮੇਰੀ ਟਿੰਡੀ ਦੇ ਕਲਰ ਖਤਮ ਹੋ ਗਏ ਸੀ, ਟਿੰਡੀ ਦੇ ਕਲਰ ਲੈਣੀ ਸੀ। ਆ ਲਓ ਇੱਧਰ ਆਓ, ਇੱਧਰ ਆਓ ਪੁੱਤ। ਹੈਲੋ ਗਾਇਸ, ਵੈਲਕਮ ਟੂ ਦ ਵਲੌਗ। ਕੈਸ ਸਬਸਕ੍ਰਾਈਬ ਕਰੇ, ਸ਼ੇਅਰ ਕਰੇ, ਲਾਈਕ ਕਮੈਂਟ ਬਾਕਸ ਕਰੇ। ਜਿਹੜੇ ਵਲੌਗ ਚ ਲੋਏ ਨਾ ਚੈਨਲ ਸਬਸਕ੍ਰਾਈਬ ਕਰੇ ਕਰੋ ਨਾ। ਵੀ ਮੈਂ ਤੈਨੂੰ ਕਿਹੜਾ ਦਿਖਾਉਣਾ, ਦੱਸੀ ਦੱਸੀ ਤੈਨੂੰ ਕਿਹੜਾ ਦਿਖਾਉਣਾ। ਚੱਲ ਠੀਕ ਹੈ ਯਾਰ, ਚੰਗਾ ਸਾਈਡ ਸਾਈਡ ਇੱਧਰ ਬੰਦ ਕਰ ਦੇ।
ਹੁਣ ਆ ਦੇਖੋ ਜਿਹਨੂੰ ਲੱਗੇ ਨੂੰ ਮੇਰੇ ਤੇ ਸਬਸਕ੍ਰਾਈਬ ਕਰਨਾ ਪਊਗਾ, ਨਹੀਂ ਤਾਂ ਫਿਰ ਅਸੀਂ ਗੋਲੀ ਮਾਰਾਂਗੇ। ਦੱਸੋ ਆਪਣਾ ਮੈਂ ਤੁਸੀਂ ਕੀ ਕਰ ਰਹੇ ਹੋ? ਮੈਂ ਕੁਝ ਨਹੀਂ ਕਰ ਰਿਹਾ। ਕੁਝ ਨਹੀਂ ਕਰ ਰਹੇ? ਫਿਰ ਤੁਹਾਡੇ ਹੱਥ 'ਚ ਕੀ ਹੈ? ਆਹ ਕੀ ਹੈ? ਹੱਥ ਕਿਵੇਂ ਹਿੱਲ ਗਏ ਮੇਰੇ ਹੱਥ? ਦੱਸੋ ਅਮਾ ਤੁਸੀਂ ਇੱਧਰ ਕੀ ਕਰੀ ਜਾਂਦੇ ਹੋ? ਮੈਂ ਤੁਹਾਡੇ ਕੱਪੜੇ ਸਵਾ ਰਿਹਾ ਕਿ ਉੱਥੇ ਫਿਰ ਲੇਟ ਹੋ ਗਏ ਨਾ, ਬਸ ਤਾਂ ਚੱਲ ਕੱਲ ਸਰਦੀ ਛੁੱਟੀ ਇੱਧਰ ਗਾਈ ਮੈਂ ਚਲੋ ਫਤਿਹ ਆਪਣੇ ਕੱਪੜੇ ਕੱਢੋ ਲੈ ਚਲ ਜਲਦੀ ਕਰੋ ਛੇਤੀ 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 ਨਾਲੋ ਪਿਕ ਪਿਕ ਪਰਨੀਤ ਮੈਂ ਚਿਕਨ ਬਣਾ ਚਿਕਨ ਚਿਕਨ ਅੰਡੇ ਕਾ ਚਿਕਨ ਮੈਂ ਤੈਨੂੰ ਕੀ ਕਹਿ ਰਹੀ ਹਾਂ ਹਾਂਜੀ ਕੱਪੜੇ ਕੱਢੋ ਤੇਰੀ ਤੋ ਲਿਆਓ ਪੁੱਤਰੀ ਵਾਲ ਵਿੱਚ ਕਰੋ ਪੁੱਤਰੀ ਹਾਂਜੀ ਜਿਹੜਾ ਗਾਣਾ ਸੁਣਾ ਰਹੇ ਹੋ ਸੁਣਾਓ ਮੈਨੂੰ ਅਗਲੇ ਬਰਥਡੇ ਤੇ ਡੈਡ ਦਾ ਕਿਦੋਂ ਆਉਂਗੇ? ਅਗਲੇ ਬਰਥਡੇ ਤੇ ਤੁਸੀਂ ਅਜੇ 9 ਇਅਰਸ ਦੀ ਹੋਵੋਗੇ। ਅਮਾ ਹਾਂਜੀ ਮੈਂ ਵੀ ਯਾਰ ਮੇਰੇ ਦਿਮਾਗ ਚ ਆਈ ਜਾਂਦੇ ਹੋ ਅਗਲੇ ਬਰਥਡੇ ਤੇ ਅਸੀਂ ਪਾਪਾ ਕੋਲ ਹੋਣਾ ਉੱਥੇ ਜਾ ਕੇ ਕੁਝ ਮਰਜ਼ੀ ਲਿਓ ਡੈਡ ਬਾਈਕ ਲਵਾਂ ਹੂੰ ਸੁਪਰ ਬਾਈਕ ਲਵਾਂ ਸੁਪਰ ਬਾਈਕ ਮਮਾ ਦੋਨੇ ਬਾਈਕ ਲਊਂਗਾ ਮੈਂ ਠੀਕ ਹੈ ਡੈਡ ਬਾਈਕ ਔਰ ਸੁਪਰ ਬਾਈਕ ਠੀਕ ਹੈ ਤੇ ਲਓ ਜੀ ਜਿਹੜੀ ਤੁਸੀਂ ਲਿਪਸਟਿਕ ਪੁੱਛ ਰਹੇ ਸੀਗੇ ਨੰਬਰਾਂ ਨੂੰ ਇਗਨੋਰ ਕਰਿਓ ਠੀਕ ਹੈ ਜਸਟ ਲਿਪਸਟਿਕ 'ਤੇ ਫੋਕਸ ਰੱਖੋ ਕਿ ਜਿਹੜੀ ਤੁਸੀਂ ਦੀਦੀ ਸ਼ੇਡ ਲਗਾਈ ਸੀਗੀ ਉਹ ਬੜੀ ਪਿਆਰੀ ਸੀਗੀ ਉਹ ਹੈਗੀ ਸੀ ਪਿੰਕ ਕਲਰ ਦੀ ਬਟ ਜਿਹੜਾ ਬ੍ਰਾਂਡ ਹੈਗਾ ਉਹ ਇਹ ਵਾਲਾ ਆ ਕਲਰ ਸਕਵੀਨ ਦਾ ਕਲਰ ਸਟੇ ਦਾ ਕੱਲ੍ਹ ਵੀ ਆਈ ਥਿੰਕ ਦੂਸਰੇ ਵਲੋਗ 'ਚ ਤੁਹਾਨੂੰ ਦਿਖਾਇਆ ਸੀਗਾ ਮੈਂ ਅਤੇ ਆਹ ਇਹਦੀ ਹੈਗੀ ਏ ਅਤੇ ਆਹ ਇਹਦਾ ਹੈਗਾ 11 ਨੰਬਰ ਸ਼ੇਡ ਅਤੇ ਬਹੁਤ ਹੀ ਪਿਆਰੀ ਲਿਪਸਟਿਕ ਹੈ ਬਿਲਕੁਲ ਵੀ ਇਹਦਾ ਜਿਹੜਾ ਕਲਰ ਹੈਗਾ ਉੱਤਰ ਤਾਂ ਨਹੀਂ ਹੈਗਾ ਅਤੇ ਮਤਲਬ ਲੌਂਗ ਟਾਈਮ ਸਟੇ ਕਰਦੀ ਹੈ ਲਿਪਸਟਿਕ ਮੈਂ ਹੁਣ ਜਿੱਦਾਂ ਸਕੂਲ ਇਹੀ ਯੂਜ਼ ਕਰ ਸਕੂਲ ਜਾਂਦੀ ਹਾਂ ਤਾਂ ਮੈਂ ਇਹੀ ਲਾ ਕੇ ਜਾਂਦੀ ਹਾਂ ਤਾਂ ਪੂਰਾ ਦਿਨ ਆਪਣਾ ਲੰਚ ਕਰੋ ਪਾਣੀ ਪੀਓ ਬਟ ਫਿਰ ਵੀ ਫੁੱਲ ਡੇ ਉੱਤਰਦੀ ਨਹੀਂ ਹੈਗੀ ਅਤੇ ਜ਼ਿਆਦਾ ਇਹਦੀ ਕੋਸਟ ਵੀ ਨਹੀਂ ਹੈਗੀ ਵੈਸੇ ਤਾਂ ਇਹਦੇ ਉੱਪਰ ਲਿਖਿਆ ਹੋਇਆ ਪ੍ਰਾਈਜ਼ 299 ਬਟ ਇਹ ਆਪਾਂ ਨੂੰ ਅਰਾਊਂਡ 150 ਦੀ ਪੈਂਦੀ ਹੈ ਅਤੇ ਬਹੁਤ ਵਧੀਆ ਮੈਂ ਰੈਕਮੈਂਡ ਕਰਾਂਗੀ ਤੁਹਾਨੂੰ ਕਿ ਅਗਰ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਕਰੋ ਬਹੁਤ ਹੀ ਵਧੀਆ ਪ੍ਰੋਡਕਟ ਹੈ ਇਹ ਵਾਲਾ ਅਤੇ ਅੱਜ ਗਰਮੀ ਨੇ ਯਾਰ ਸਾਰੇ ਰਿਕਾਰਡ ਤੋੜ ਤੇ ਸੱਚੀ ਮੈਂ ਦੇਖਿਆ ਸੀਗਾ 44 ਟੈਂਪਰੇਚਰ ਸੀਗਾ ਅੱਜ ਹਾਂ ਉਹ ਫਤਿਹ ਗਿਆ ਬਾਹਰ ਮੈਂ ਕਰਕੇ ਆਈ ਹਾਂ ਬੰਦ ਉਹਨੇ ਫਿਰ ਖੋਲਤਾ ਚਲੋ ਭਾਅ ਜੀ ਛੱਤੀ ਹੁਣ ਤੁਸੀਂ ਜਾਓ ਇੰਨੀ ਧੁੱਪ ਹੈ ਬਾਹਰ ਬਾਹਰ ਫਤਿਹ ਬਾਹਰ ਸਾਈਕਲ ਚਲਾਉਣ ਲੱਗਿਆ ਹੋਇਆ ਬੱਚੇ ਬਿਲਕੁਲ ਨਹੀਂ ਸੱਚੀ ਮੰਨਦੇ ਹੈਗੇ ਫਤਿਹ ਉਹ ਫਤਿਹ ਸਿੰਘ ਮੇਰੇ ਇੱਧਰ ਮੇਰੀ ਗੱਲ ਸੁਣੋ ਆ ਕੇ ਇੱਕ ਮਿੰਟ ਤੁਹਾਨੂੰ ਦਿਖਾਉਂਦੀ ਹਾਂ ਦੇਖਿਓ ਵੀ ਇਹ ਕਿਹੜੀ ਧੁੱਪ 'ਚ ਨਾ ਲੱਗਿਆ ਹੋਇਆ ਸਾਈਕਲ ਚਲਾਉਣਾ ਇੱਧਰ ਆਓ ਜਰਾ ਆਹ ਦੇਖੋ ਧੁੱਪ ਇੰਨੀ ਹੈ ਬਾਹਰ ਆ ਦੇਖੋ ਇੰਨੀ ਤਿੱਖੀ ਧੁੱਪ ਲੱਗੀ ਹੋਈ ਹੈ ਨਾ ਹੁਣ ਸ਼ਾਮੇ ਖੜ ਗਿਆ ਆ ਕੇ ਪਤਾ ਕਿਉਂ ਪੁੱਤ ਇੰਨੀ ਗਰਮੀ ਸਾਈਕਲ ਚਲਾ ਰਹੇ ਬਾਹਰ ਕਾਲੇ ਹੋ ਜਾਓਗੇ ਅੱਛਾ ਸ਼ਾਬਾਸ਼ ਉਹ ਕਾਲੇ ਤੁਸੀਂ ਵੀ ਹੋਣਾ ਹਾਂਜੀ ਹਾਏ ਦੇਰ ਤੋਂ ਚਿੱਤ ਕਰੇ ਕੇਸ ਰੱਖ ਲਾ ਰੱਖ ਤਾਂ ਲੈ
ਮੈਨੂੰ 2 ਸਾਲ ਹੋ ਗਏ ਨਾ ਹਾਂ ਮੰਮਾ 2 ਸਾਲ ਹੋ ਗਏ ਕਿ ਵੱਧ ਹੋ ਗਏ ਪਨੀਤ ਨੂੰ ਬਾਲ ਰੱਖੇ ਵੱਧ ਹੋ ਗਏ ਜਦੋਂ ਮੈਨੂੰ ਲੱਗਦਾ ਬਸ ਫਤਿਹ ਦਾ ਜੁੜਾ ਉਦੋਂ ਬਾਅਦ ਤੂੰ ਰੱਖ ਹੀ ਲਏ ਸੀ ਹਨਾ ਫਾਊਂਡੇਸ਼ਨ ਥੱਪਣ ਦੀ ਕਿਵੇਂ ਪ੍ਰਨੀਤ ਇੱਕ ਗਲਾਸ ਚ ਨਾ ਬਰਫ ਪਾ ਕੇ ਵਾਹਿਗੁਰੂ ਕਿਹੜਾ ਉਹ ਟੈਂਗ ਨੀ ਹੈਗਾ ਟੈਂਗ ਖਤਮ ਹੋ ਗਿਆ ਹੈ ਕੀ ਗੱਲ ਨਿੱਕੀ ਹੋਰ ਅੱਜ ਹੋਰ ਲਿਆਵਾਂਗੇ ਹੋਰ ਲਿਆਵਾਂਗੇ ਸਾਰੇ ਗੁਪਾਰ ਲਿਆ ਯਾਰ ਮੈਂ ਭਰਦਾ ਰਹੇ ਨੇ ਪਾਏ ਫਿਰ ਹੋਰ ਰੱਖ ਦਾਂਗੇ ਹੋਰ ਰੱਖ ਦਾਂਗੇ ਇਹਨੂੰ ਵੀ ਗੈਸ ਮਰਸੀਬਲ ਲਾ ਕੇ ਭਰਨਾ ਨਾ 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 ਪਾਣੀ ਉੱਚ ਲੱਗਿਆ ਨਹੀਂ ਵਾਸੀ ਯਾਰ ਪਾਣੀ ਕਿੱਥੇ ਹੋ ਰਿਹਾ ਇਹ ਤਾਂ ਮਿਲਦਾ ਹੋਣਾ ਹੀ ਥੋੜਾ ਇੱਕ ਅੰਬ ਸੁੱਟ ਲਓ ਵਿੱਚ ਅੰਬ ਸੁੱਟ ਲਓ ਵਿੱਚ ਬਣੂਗਾ ਘੈਂਟ ਅੰਬ ਦੀ ਪਿਊਰੀ ਬਣਾ ਕੇ ਵਧੀਆ ਅੰਬ ਦੇ ਨਾ ਇੱਥੇ ਸਲਾਈਸ ਜੀ ਰੱਖਿਆ ਸੀ ਚਾਕੂ ਅੰਬ ਲੈ ਕੇ ਇਹਦੀ ਬਣਾਉਂਦੇ ਹਾਂ ਪਿਊਰੀ ਪਿਊਰੀ ਬਣਾ ਕੇ ਦੇਖਿਓ ਮੈਨੂੰ ਇੰਨਾ ਤੇ ਪਤਾ ਟੇਸਟੀ ਬਣੂਗੀ ਲਓ ਜੀ ਇਹਦੇ ਚ ਦਿਖਾਓ ਪਨੀਰ ਥੋੜੀ ਜਿਹੀ ਹਲਕੀ ਜਿਹੀ ਲਾਲ ਮਿਰਚ ਥੋੜੀ ਜਿਹੀ ਕਾਲੀ ਮਿਰਚ ਅਤੇ ਨਾਲ ਅਸੀਂ ਪਾ ਰਹੇ ਹਾਂ ਚੀਨੀ ਅਤੇ ਹੁਣ ਅਸੀਂ ਇਹਨੂੰ ਕਰਾਂਗੇ ਗ੍ਰਾਇੰਡ 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 ਥੋੜ੍ਹਾ ਜਿਹਾ ਹਲਕਾ ਜਿਹਾ ਠੰਡਾ ਪਾਣੀ ਪਾਉਣਾ ਪਹਿਲਾਂ ਫਿਰ ਗ੍ਰਾਇੰਡ ਕਰਨਾ ਆਹ ਅਸੀਂ ਇਹਦੇ 'ਚ ਕਰਤਾ ਪਾਣੀ ਹੋਰ ਨਾ ਕੁਛ ਬਣ ਜਾਵੇ ਅਸੀਂ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਇਹ ਬਣੂਗਾ ਆਪਣਾ ਹੋਮਮੇਡ ਸਲਾਈਸ ਟੈਂਗ ਪਾਇਆ ਸੀਗਾ ਉਹ ਮਿਕਸ ਕਰਤਾ ਤੇ ਕੁਝ ਮੈਂਗੋ ਦੇ ਸਲਾਈਸ ਵੀ ਚਲੇ ਗਏ ਅੰਦਰ ਬਟ ਇਟਸ ਓਕੇ ਦੰਦ ਹੈਗੇ ਨੇ ਅਸੀਂ ਖਾ ਸਕਦੇ ਹਾਂ ਤੇ ਹੁਣ ਕੀ ਕਰਨਾ ਇਹਨੂੰ ਚੰਗੀ ਤਰ੍ਹਾਂ ਦੇਣਾ ਗੇੜਾ ਵਿੱਚ ਕੁਛ ਨਹੀਂ ਤਾਂ ਅੰਬੇ ਸਲਾਈਸ ਰਹਿ ਗਏ ਲੋ ਕੋਈ ਨਾ ਮਾਸਟਰ ਤੇ ਉਹ ਇਹਦੇ ਨਾਲ ਐ ਕਰੋ ਬਾਹਰ ਡੋਲ ਇਹ ਖਾਣੇ ਨਹੀਂ ਹੈਗੇ ਬਾਹਰ ਸੁੱਟ ਦਿਓ
ਨਹੀਂ ਨਹੀਂ ਜਾਗੀ ਪਗਾ ਕੇ ਮਰਨਾ ਮਾਰ ਜੇ ਕਲੋਲ ਹੋ ਗਈ ਹੋਈ ਨੀ ਮਾੜਾ ਪੀ ਕੇ ਦੇਖੋ ਬਸ 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 ਇੰਨਾ ਉਹ ਜੀ ਡਰਿੰਕ ਨਾ ਆਪਣੀ ਵਾਲੀ ਘੈਂਟ ਬਣੀ ਆ ਤੁਸੀਂ ਵੀ ਟਰਾਈ ਕਰਿਓ ਇੱਕ ਵਾਰੀ ਜ਼ਰੂਰ ਠੀਕ ਹੈ ਆਣੀ ਹੈ ਜੀ ਮਾਸੀ ਜਿਹੜੀ ਬੋਟਲ ਹੈ ਨਾ ਇਹ ਪੂਰੀ ਫਰਿੱਜ 'ਚ ਪਈ ਸੀ ਇੱਕਦਮ ਮੈਂ ਹੌਲੀ ਹੌਲੀ ਕੱਢੀ ਅਤੇ ਇਹਨੂੰ ਐਵੇਂ ਜ਼ੋਰ ਦੀ ਮਾਰਾ ਵਿੱਚ ਬਰਫ ਜੰਮਣ ਲੱਗ ਗਈ ਚਲੋ ਜੀ ਇੱਕ ਵਾਰੀ ਆਪਾਂ ਨੇ ਫਿਰ ਤੋਂ ਇਹਨੂੰ ਮਿਕਸ ਕਰਨਾ ਬਾਲੀ ਸਵਾਦ ਬਣਾਇਆ ਸੀ ਅੱਛਾ ਜੀ ਸਾਡੇ ਕੋਲ ਕਾਲਾ ਲੂਣ ਨਹੀਂ ਹੈਗਾ ਕਾਲਾ ਲੂਣ ਹੈਗਾ ਲੂਣ ਕਾਲਾ ਹੈਗਾ ਕਾਲਾ ਲੂਣ ਲੈ ਪਿਆ ਫਿਰ ਤੇ ਆ ਲਓ ਜੀ ਇਹ ਬਸ ਕਾਲਾ ਲੂਣ ਵੀ ਮਿਕਸ ਕਰ ਲਿਆ ਹੁਣ ਦੇਖਦੇ ਹਾਂ ਸਾਡੀ ਡਰਿੰਕ ਕਿਹੋ ਜਿਹੀ ਬਣੀ ਡਰਿੰਕ ਕੋਲੋਂ ਦਿਖਾਓ ਡਰਿੰਕ ਦੀ ਜਿਹੜੀ ਕੰਸਿਸਟੈਂਸੀ ਹੈ ਇਹੀ ਜੀ ਹੈ ਚਲੋ ਬਸ ਫਿਰ ਹੁਣ ਪਾ ਦਿਓ ਜੀ ਚਲੋ ਜੀ ਚੱਲ ਬਣੀ ਸਭ ਤੋਂ ਪਹਿਲਾਂ ਅਮਨ ਟਰਾਈ ਕਰਵਾਉਂਦੇ ਲੈ ਮਣਾ ਹੀ ਨਵੀਂ ਡਰਿੰਕ ਬਣਾਈ ਪੀ ਕੇ ਦੱਸ ਹਾਂ ਕਿੱਦਾਂ ਸੋਹਣਾ ਬਣਿਆ ਰਿਹਾ ਵੀ ਕਿੱਦਾਂ ਪਾਈ ਆਹ ਤਾਂ ਪਹਿਲਾਂ ਪੀ ਕੇ ਦੇਖ ਵੀ ਘੈਂਟ ਬਣੀ ਹੈ ਫਿਰ ਬਣਾਇਆ ਕਰਾਂਗੇ ਦੱਸੋ ਪੀ ਤਾਂ ਲੈਂਦੇ ਪਹਿਲਾਂ ਘੈਂਟ ਬਣੀ ਨਹੀਂ ਆਉਂਦੀ ਸਮਝ ਨਹੀਂ ਆਉਂਦੀ ਕਹਿੰਦੇ ਸਮਝ ਨਹੀਂ ਟੈਂਕ ਦੇ ਵਿੱਚ ਹੀ ਅੰਬ ਕਰਕੇ ਗ੍ਰਾਈਂਡ ਮਿਕਸ ਕਰ ਲਿਆ ਉਹੀ ਹੈ ਨਾ ਮਾਸੀ ਸ ਕਿਉਂਕਿ ਟੈਂਕ ਤੇ ਨਾਲ ਮਾਸੀ ਸਵਾਦ ਬੜਾ ਬਣ ਆਪ ਹੀ ਪੀ ਜਾਓਗੇ ਯਾਰ ਅੰਬ ਦੇ ਉੱਤੇ ਮੈਂ ਉਹ ਲੈ ਸੀ ਮਾਂ ਜਿਹੜੀ ਮਿਰਚ ਉਹ ਉੱਤੇ ਤੇ ਲੱਗੀ ਆ ਮੈਨੂੰ ਲੱਗਿਆ ਤੂੰ ਇਹਦੇ ਚ ਪਾਣੀ ਚਲੋ ਸਮਝ ਆਈ ਪਨੀਤ ਗਲਾਸ ਪੀ ਲਿਆ ਕਿੰਨਾ ਤੇ ਸਵਾਦ ਹੈ ਲੈ ਪਨੀਤ ਅੰਬ ਨਹੀਂ ਆ ਰਹੇ ਇਹਦੇ ਵਿੱਚ ਉਹ ਨਹੀਂ ਨਹੀਂ ਉਹ ਤਾਂ ਖਤਮ ਹੋ ਗਏ ਸਲਾਈਸ ਦੋ ਹੀ ਰਹਿ ਗਏ ਸੀਗੇ ਬਸ ਗਲਤੀ ਨਾਲ ਪਨੀਤ ਆ ਜਾ ਮਾੜੀ ਜਿਹੀ ਵੀਡੀਓ ਸ਼ੂਟ ਕਰਾ ਦੇ ਬਸ ਪਾਪਾ ਜਿੰਦਾ ਵਾ ਪਾਪਾ ਨੇ ਜੇ ਪਰਨਾ ਬੰਨੂਗਾ ਸੋ ਨੇ ਲੱਲੇ ਪੱਪੇ ਕਰਨੇ ਨੇ ਪਾਪਾ ਨੇ ਪਨੀਤ ਕਰਵਾ ਦੇ ਉਹਨਾਂ ਨੂੰ ਮੈਂ